ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਮਿੱਤਰੋ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਲਈ ਜਿਵੇਂ ਮੈਸੇਜ ਆ ਰਹੇ ਸੀ ਵੀ ਬੂਰ ਦਾ ਨੁਕਸਾਨ ਹੋਊਗਾ ਜਾਂ ਨਹੀਂ ਹੋਊਗਾ ਉਹਦੇ ਬਾਰੇ ਵੀਡੀਓ ਹੈ ਤਾਂ ਐਂਡ ਤੱਕ ਜਰੂਰ ਦੇਖਿਓ ਸਾਰੀਆਂ ਕਿਸਮਾਂ ਇੱਥੇ ਕੰਪੇਅਰ ਵੀ ਕੀਤੀਆਂ ਜਿਹੜੀਆਂ ਗੇਤੀਆਂ ਕਿਸਮਾਂ ਨੇ ਜਿਵੇਂ PR126 1699 1847 ਉਹਨਾਂ ਤੇ ਬੂਰ ਦੀ ਸਟੇਜ ਹੈਗੀ ਸੀ ਆ ਮੇਰੇ ਕੋਲੇ PB7 ਆ ਤੁਸੀਂ ਬੂਰ ਦੇਖੋ ਕਿੰਨਾ ਥੱਲੇ ਡਿੱਗ ਗਿਆ ਤਾਂ ਇਹਨੂੰ ਦੇਖ ਦੇਖ ਕੇ ਚਿੰਤਾਤ ਨਾ ਹੋਈ ਜਾਓ ਪ੍ਰੇਸ਼ਾਨ ਨਾ ਹੋਈ ਜਾਓ ਐਵੇਂ ਕਿਤੇ ਆਪਦੇ ਦਿਮਾਗ ਤੇ ਟੈਨਸ਼ਨ ਲਈ ਜਾਓ ਮੇਨ ਗੱਲ ਹੁੰਦੀ ਆ ਫਸਲ ਦੀ ਫਸਲ ਇੱਕ ਆਪਣੀ ਐਹੋਜੀ ਵੈਰਾਈਟੀ ਆ ਕਿਸਾਨ ਦਾ ਦਿਲ ਕਿੰਨਾ ਵੱਡਾ ਕਿ ਖੁੱਲੇ ਅਸਮਾਨ ਚ ਆਪਣੀ ਫਸਲ ਰਹਿੰਦੀ ਆ ਹੋਰ ਐਹੋਜੀ ਕੋਈ ਵੀ ਧੰਦਾ ਨਹੀਂ ਹੈਗਾ ਜਿਹਦੇ ਚ ਖੁੱਲੇ ਅਸਮਾਨ ਦੇ ਵਿੱਚ ਰੱਬ ਤੇ ਡਿਪੈਂਡ ਹੋਵੇ ਆਪਾਂ ਇੱਕ ਹਿਸਾਬ ਦਾ ਹੈ ਨੋਟ ਨੇ ਸਿੱਕੇ ਨੇ ਜਿਹੜੇ ਖੁੱਲੇ ਸਮਾਨ ਦੇ ਵਿੱਚ ਪਾਏ ਨੇ ਤੇ ਦਾਤੇ ਦੇ ਉੱਤੇ ਹੀ ਨਿਰਭਰ ਆ ਸਾਰਾ ਕੁਝ ਤਾਂ ਜਿੱਥੇ ਦਾਤੇ ਨੇ ਰੱਖਣਾ ਉੱਥੇ ਹੀ ਰਹਿਣਾ ਹੁਣ ਸਾਡਾ ਮਾਨਸਾ ਏਰੀਆ ਸੀ ਮਾਲਵਾ ਦੇ ਵਿੱਚ ਮੀਂ ਸਾਡੇ ਕੋਲੇ ਜਿੱਦੇ ਦਾ ਝੋਨਾ ਲਾਇਆ 1% ਵੀ ਮੀਂ ਨਹੀਂ ਪਿਆ ਤੇ ਹੁਣ ਆਹ ਸਟੇਜ ਦੇ ਉੱਤੇ ਆ ਕੇ ਫਲਾਵਰਿੰਗ ਸਟੇਜ ਤੇ ਆ ਕੇ ਮੀਂ ਪੈ ਰਿਹਾ ਤੇ ਬੂੜ ਝਾੜਦਾ ਇਹਦੇ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਕਿਸੇ ਦਾ ਕੁਝ ਨਹੀਂ ਹਨਾ ਜੇ ਆਪਾਂ ਉਹੀ ਟੈਨਸ਼ਨ ਲਈ ਜਾਵਾਂਗੇ ਤਾਂ ਉਹਦਾ ਕੋਈ ਹੱਲ ਨਹੀਂ ਹੈਗਾ ਮੇਨ ਜੇ ਤੁਹਾਨੂੰ ਸਿੱਧੀ ਸਪਸ਼ਟ ਗੱਲ ਕਰਾਂ ਪੀਬੀ 7 ਵੈਰੈਟੀ ਹੈ ਮੇਰੇ ਕੋਲੇ ਇਹਦੀ ਫਲਾਵਰਿੰਗ ਸਟੇਜ ਪੂਰੀ ਜਮਾਂ ਪੀਕ ਤੇ ਆ ਮਤਲਬ ਬੂਰੇ ਦਾ ਫੁੱਲ ਸੀਗਾ ਤੇ ਆ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਜਿਵੇਂ ਇਸੇ ਤਰ੍ਹਾਂ ਪੀਆਰ 26 ਜਿਨ੍ਹਾਂ ਨੇ ਨਸਰ ਗਏ ਉਹਨਾਂ ਨੂੰ ਕੁਝ ਹੱਦ ਤੱਕ ਨੁਕਸਾਨ ਹੈਗਾ ਨੁਕਸਾਨ ਕੁੱਲ ਮਿਲਾ ਕੇ ਸਾਰਿਆਂ ਦਾ ਹੀ ਆ ਹਨਾ ਜੇ ਗੱਲ ਕਰੀਏ ਆਪਾਂ ਪੈਸਿਆਂ ਦੀ ਤਾਂ 4-5000 ਰੁਪਏ ਦਾ ਨੁਕਸਾਨ ਹੈਗਾ ਹੀ ਹੈਗਾ ਹਰੇਕ ਝੋਨੇ ਦਾ ਤੇ ਨਰਮੇ ਦਾ ਜ਼ਿਆਦਾ ਨਰਮੇ ਦਾ ਕਿਉਂ ਜ਼ਿਆਦਾ ਕਿਉਂਕਿ ਨਰਮਾ ਇੱਕ ਹਿਸਾਬ ਦਾ ਫਲ ਜਿਹੜਾ ਖਿੜਿਆ ਸੀ ਉਹਦਾ ਵੀ ਨੁਕਸਾਨ ਹੋ ਗਿਆ ਜਿਹੜਾ ਅੱਗੇ ਖਿੜਨਾ ਉਹ ਵੀ ਨੁਕਸਾਨ ਹੋ ਗਿਆ ਜਿਹੜਾ ਡਿੱਗ ਗਿਆ ਉਹਦਾ ਵੀ ਜ਼ਿਆਦਾ ਪਰ ਇੱਥੇ ਆਪਾਂ ਗੱਲ ਕਰੀਏ ਝੋਨੇ ਦੀ ਤਾਂ ਝੋਨੇ ਜਿਹੜੇ ਨਈ ਨਸਰੇ ਜਿਵੇਂ ਆਹ ਦੇਖ ਸਕਦੇ ਹੋ 17 18 17 18 ਵੈਰਾਈਟੀ ਆ ਇਹ ਨਈ ਨਸਰੇ ਆ ਜਿਹੜੀਆਂ ਹਜੇ ਪੈਪਾ ਬਗੁੱਲੇ ਵੀ ਨਹੀਂ ਬੰਨਨੇ ਸਟਾਰਟ ਹੋਏ ਪਛੇਤੀ ਵੈਰਾਈਟੀ ਆ ਇਹ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਇਨਾਂ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਜਿਹੜੇ ਜਮਾਂ ਬਗੁੱਲੇ ਬਣ ਗਏ ਉਹਨਾਂ ਨੂੰ ਵੀ ਫਾਇਦਾ ਜਿਹੜੇ ਬਗੁੱਲਿਆਂ ਚੋਂ ਝੋਨਾ ਬਾਹਰ ਨਿਕਲ ਗਿਆ ਬੂਰ ਪੈ ਗਿਆ ਉਹਨਾਂ ਨੂੰ ਨੁਕਸਾਨ ਹੈਗਾ ਜੀ ਆਹ ਦੇਖ ਸਕਦੇ ਹੋ ਇਧਰਲੇ ਪਾਸੇ ਖੱਬੇ ਹੱਥ ਤੁਹਾਡੇ ਕੋਲੇ 1847 ਆ ਤੇ ਸੱਜੇ ਹੱਥ 1692 ਆ ਦੋਨੇ ਵੈਰੈਟੀਆਂ ਨੇ ਆਪਣੇ ਕੋਲੇ ਤੇ ਨੁਕਸਾਨ ਇਹਦਾ ਕੀ ਆ ਵੀ ਬੂਰ ਆ ਜਿਹੜਾ ਇਹਦਾ ਝੜ ਚੁੱਕਿਆ ਇਹਦਾ ਨੁਕਸਾਨ ਕੀ ਆ ਜਿਹੜਾ ਦੁੱਧਾ ਸਟੇਜ ਤੇ ਕੋਈ ਬੂਟਾ ਆ ਗਿਆ ਯਾਨੀ 10 ਤੋਂ 15 ਦਿਨਾਂ ਦੀ ਇਹ ਸਾਰੀ ਸਟੇਜ ਹੁੰਦੀ ਆ ਖੁੱਲਣਾ ਇਹਨੇ ਦਾਣੇ ਨੇ ਮੁੰਜਰ ਨੇ ਉਹਦੇ ਵਿੱਚ ਆਪਣੇ ਕੋਲੇ ਬੂਰਨੇ ਪੈਣਾ ਉਸ ਤੋਂ ਬਾਅਦ ਬੰਦ ਹੋ ਜਾਣਾ ਹਨਾ ਇਹ ਜਿਹੜੀ ਸਟੇਜ ਹੁੰਦੀ ਆ ਇਹ ਡਿਪੈਂਡ ਕਰਦਾ ਵੀ ਕਿੰਨਾ ਤੁਹਾਡੇ ਕੋਲੇ ਝਾੜ ਵਧੂਗਾ ਇਸੇ ਸਟੇਜ ਤੇ ਚਾਰ ਪੰਜ ਮਾਣ ਪਟਾੜ ਵਧਣਾ ਸੀ ਤੇ ਹੁਣ ਦਾਤੇ ਨੇ ਕਰਤੀ ਕਿਰਪਾ ਤਾਂ ਉਹੀ ਚਾਰ ਪੰਜ ਮਣ ਝਾੜ ਦਾ ਨੁਕਸਾਨ ਹੋਊਗਾ ਪਰ ਜਿਹੜੀਆਂ ਤੁਹਾਡੀਆਂ ਪਛੇਤੀਆਂ ਵੈਰਾਈਟੀਆਂ ਦੇ ਨਾਲ ਉਹਨਾਂ ਨੂੰ ਫਾਇਦਾ ਹੋ ਜੂ ਉਹਨਾਂ ਕਾ ਤਾਂ ਰੱਬ ਨੇ ਜਿੱਥੇ ਰੱਖਣਾ ਉੱਥੇ ਹੀ ਰਹਿਣਾ ਹਾਂ ਜਿਹੜੇ ਦੁੱਧਿਆ ਸਟੇਜ ਤੇ ਨੇ ਮਤਲਬ ਬੂੜ ਪੈ ਕੇ ਹਟ ਗਿਆ ਤੇ ਦਾਣੇ ਜਮਾਂ ਮਿਲਕੀ ਸਟੇਜ ਤੇ ਨੇ ਉਹਨਾਂ ਨੂੰ ਜ਼ਿਆਦਾ ਨੁਕਸਾਨ ਹੋਣਾ ਹੁਣ ਇੱਥੇ ਸਮਝ ਗਏ ਤਾਂ ਬੂੜ ਡਿੱਗੇ ਤੋਂ ਨਾ ਜ਼ਿਆਦਾ ਟੈਨਸ਼ਨ ਹੋਈ ਜਾਓ ਜਿਨ੍ਹਾਂ ਦਾ ਦਾਣੇ ਬਣ ਕੇ ਵੀ ਉੱਤੇ ਬੂੜ ਰਹਿੰਦਾ ਉਹ ਬੂੜ ਜਿਹੜਾ ਡਿੱਗ ਗਿਆ ਉਹਨਾਂ ਨੂੰ ਜ਼ਿਆਦਾ ਨੁਕਸਾਨ ਹੋਣਾ ਕਿਉਂਕਿ ਮਿਲਕੀ ਸਟੇਜ ਤੇ ਆ ਕੇ ਦਾਣਾ ਪੋਲਾ ਹੁੰਦਾ ਦਾਣਾ ਜਦੋਂ ਪੋਲਾ ਹੋਊਗਾ ਤਾਂ ਉਹ ਨਾਲ ਰਗੜ ਵੱਜ ਕੇ ਹਵਾ ਦੇ ਨਾਲ ਝਖੜ ਦੇ ਨਾਲ ਵੱਜ ਕੇ ਉਹਦਾ ਦਾਣੇ ਦੇ ਵਿੱਚ ਸਕ੍ਰੈਚ ਪੈ ਜਾਣਗੇ ਕਾਲਾਪਨ ਆ ਜਾਊਗਾ ਤੇ ਨਾ ਉਹਨੂੰ ਕੋਈ ਦਵਾਈ ਠੀਕ ਕਰ ਸਕੇ ਚਾਹੇ ਜਿੱਡਾ ਹੀ ਆ ਮਰਜ਼ੀ ਤੁਹਾਨੂੰ ਦੁਕਾਨਦਾਰ ਕਵੇ ਵੀ ਦਾਣੇ ਜਿਹੜੇ ਉਹ ਗੋਸਨੈਰੀ ਹੋ ਜਾਣਗੇ ਕੋਈ ਇਹਦੀ ਦਵਾਈ ਨਹੀਂ ਕੋਈ ਕੁਛ ਨਹੀਂ ਕੋਈ ਝਾੜ ਵਧਾਉਣ ਵਾਲੀ ਦਵਾਈ ਨਹੀਂ ਕੋਈ ਬੂਰ ਪਾਉਣ ਵਾਲੀ ਦਵਾਈ ਨਹੀਂ ਹੈਗੀ ਇਹ ਗਲਤੀ ਨਾ ਕਰਿਓ ਕਿਤੇ ਫੰਗੀ ਸੜ ਚੱਕੀ ਜਾਏ ਉਹਨਾਂ ਦੇ ਮਗਰ ਲੱਗ ਲੱਗ ਕੇ ਬੂਰ ਜਿਹੜਾ ਡਿੱਗ ਗਿਆ ਉਹਨੇ ਵਾਪਸ ਨਹੀਂ ਆਉਣਾ ਜਿਹੜਾ ਦਾਣਾ ਕਾਲਾ ਹੋ ਗਿਆ ਉਹ ਸਹੀ ਨਹੀਂ ਹੋਊਗਾ ਜਿਵੇਂ ਚਿੱਟੀਆਂ ਮੁੰਜਰਾ ਹੁਣ ਨਿਕਲੀਆਂ ਪਈਆਂ ਨੇ ਤਾਂ ਉਹ ਚਿੱਟੀਆਂ ਹੀ ਰਹਿਣੀਆਂ ਉਹ ਸੰਡੀ ਕਰਕੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਟੈਨਸ਼ਨ ਨਾ ਲਓ ਜਿੰਨਾ ਕ ਤੁਹਾਡਾ ਨੁਕਸਾਨ ਹੋਇਆ ਉਹਨਾਂ ਕ ਫਾਇਦਾ ਹੋ ਜਾਣਾ ਇੱਕ ਗੱਲ ਹੋਰ ਇੱਥੇ ਨਾਲ ਦੱਸਣਾ ਚਾਹੂੰਗਾ ਕਿ ਹੁਣ ਆਪਦਾ ਤੇਲੇ ਲਈ ਸਾਵਧਾਨ ਹੋ ਜਾਓ ਦਵਾਈ ਜਿਹੜੀ ਕਰਨੀ ਆ ਉਹ ਵਧੀਆ ਕਰਿਓ ਸਸਤੀਆਂ ਦਵਾਈਆਂ ਨਾਲ ਕਰਿਓ ਕਿਉਂਕਿ ਤੇਲੇ ਨੇ ਆ ਜਾਣਾ ਹੁਣ ਹੁਣ ਤਾਂ ਤੁਸੀਂ ਕੋਈ ਵੀ ਆਪਦੇ ਪਸੰਦ ਮੁਤਾਬਕ ਪੈਕਸਾ ਲਾਉਣ ਚੈਸ ਓਸ਼ੀਨ ਕੋਈ ਵੀ ਦਵਾਈ ਕਰ ਸਕਦੇ ਹੋ ਤੇ ਦਵਾਈ ਉਦੋਂ ਕਰਨੀ ਆ ਜਦੋਂ ਹੁਣ ਮੌਸਮ ਥੋੜਾ ਜਿਹਾ ਸਾਫ਼ ਹੋ ਜयो ਤਾਂ ਘੌਲ ਨਾ ਕਰਿਓ ਦਵਾਈ ਤੇਲੇ ਵਾਲੀ ਕਰਨੀ ਹੀ ਕਰਨੀ ਆ ਪਤਲਪੇਟ ਮੀ ਨਾਲ ਵੈਸੇ ਹੀ ਮਰ ਜਾਣੀ ਆ ਹੁਣ ਮੇਨ ਸਮੱਸਿਆ ਆਉਣੀ ਆ ਤੇਲੇ ਦੀ ਜਿਹੜੇ ਝੋਨੇ ਅੱਜ ਤੋਂ 10-15 ਦਿਨਾਂ ਬਾਅਦ ਵੱਡੇ ਜਾਣੇ ਸੀ ਉਹਨਾਂ ਦਾ ਨੁਕਸਾਨ ਆ ਜਿਹੜਾ ਉਹ ਹੋਊਗਾ ਜ਼ਿਆਦਾ ਹੋਊ ਕਿਉਂਕਿ ਜਿਹੜੇ ਝੋਨੇ ਡਿੱਗ ਗਏ ਬਿਲਕੁਲ ਪੱਕੇ ਦੇ ਤਦਾਰ ਤੇ ਸੀ ਥੱਲੇ ਵਿਸ ਚੁੱਕੇ ਨੇ ਉਹ ਇਹੋ ਜੀ ਕੋਈ ਮਸ਼ੀਨ ਨਹੀਂ ਬਣੀ ਵੀ ਜਿਹੜੀ ਥੱਲੋ ਸਾਰਾ ਝੋਨਾ ਹੀ ਚੱਕ ਲੇ ਵੜਾਈ ਵੀ ਜਿਆਦੀ ਪੈਣੀ ਹੈ ਉਹਨੂੰ ਕਿਸਾਨ ਨੂੰ ਜਿਹੜੇ ਥੱਲੇ ਰਹਨੇ ਨੇ ਮਿਲਕੀ ਸਟੇਜ ਦੇ ਉੱਤੇ ਹਰੇ ਦਾਣੇ ਸੀ ਉਹ ਗੱਲ ਜਾਣਗੇ ਹਨਾ ਡਿੱਗੇ ਝੋਨੇ ਦਾ ਨੁਕਸਾਨ ਆ ਜੇ ਖੜੇ ਝੋਨੇ ਦੀ ਆਪਾਂ ਗੱਲ ਕਰੀਏ ਤਾਂ ਬੂਰ ਡਿੱਗਿਆ ਤਾਂ ਉਹਦਾ ਤੁਹਾਡੇ ਕੋਲੇ ਹਲਕਾ ਪੰਨ ਮਹਿਸੂਸ ਦੇਖਣ ਨੂੰ ਜਿਵੇਂ ਮੈਂ ਕਿਹਾ ਤੁਹਾਨੂੰ 4-5000 ਦਾ ਨੁਕਸਾਨ ਹੋਊਗਾ ਪਰ ਜਿਹੜਾ ਝੋਨਾ ਡਿੱਗ ਗਿਆ ਜਿਵੇਂ ਫਸਲ ਨਰਮੇ ਦੀ ਬਰਬਾਦ ਹੋ ਗਈ ਉਹਦਾ ਜ਼ਿਆਦਾ ਨੁਕਸਾਨ ਆ ਤੇ ਆਪਦਾ ਉਹੀ ਨਾ ਟੈਨਸ਼ਨ ਲਈ ਜਾਓ ਇਹ ਦਾਤੇ ਨੇ ਜਿੱਥੇ ਰੱਖਣਾ ਉੱਥੇ ਹੀ ਆਪਾਂ ਰਹਿਣਾ ਠੀਕ ਹੈ ਜਿੰਨਾ ਕਿ ਤੁਹਾਡੇ ਕੋਲੇ ਗੇਤੀਆਂ ਵੈਰਾਈਟੀਆਂ ਨੇ ਉਹ ਜੇ ਉਹਨਾਂ ਦਾ ਨੁਕਸਾਨ ਹੁੰਦਾ ਤਾਂ ਉਹ ਪਛੇਤੀਆਂ ਵੈਰਾਈਟੀਆਂ ਵਾਲਿਆਂ ਨੂੰ ਉਹਨਾਂ ਦਾ ਫਾਇਦਾ ਹੋ ਜਾਊਗਾ